ਬੇਟਾ ਮੈਨੂੰ ਤੋਰ ਦੇਣੇ ਅੱਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇਣੇ ਅੱਖਰ ਅਮਲੀ ਕਹਿੰਦਾ ਵੀ ਮੈਂ ਵੱਡਾ ਟੀਵੀ ਵੇਖਣਾ ਅੱਜ ਲੈ ਗਏ ਸੀ ਮੋਗੇ ਔਰਬਿਟ ਨਵੇਂ ਕੱਪੜੇ ਨਵੇਂ ਸੈਂਡਲ ਕਨੇਡਾ ਨਹੀਂ ਨਹੀਂ ਵੇਖਦਾ ਜਿੱਥੇ ਇੰਗਲਿਸ਼ ਉੱਥੇ ਇੰਗਲਿਸ਼ ਹੀ ਏ ਉਹ ਪੰਜਾਬੀ ਦਾ ਸਤਿਕਾਰ ਕਰਿਆ ਕਰ ਬੜੇ ਯੁੱਧਾਂ ਨਾਲ ਮਿਲੀ ਪੰਜਾਬੀ ਆਪਾਂ ਨੂੰ ਚਾਚਾ ਤੂੰ ਪੰਜਾਬੀ ਪੰਜਾਬੀ ਚੌਵੀ ਘੰਟੇ ਕਰ ਦੇਣਾ ਤੇਰੀ ਪੰਜਾਬੀ ਨੂੰ ਪੰਜਾਬ ਤੋਂ ਬਾਹਰ ਕੋਈ ਨੀ ਉਹ ਪੁੱਛਦਾ ਈ ਉਹ ਕਾਕਾ ਪੰਜਾਬੀ ਨੇ ਜਿਹੜਾ ਮਾਣ ਦਿੱਤਾ ਨਾ ਸਾਨੂੰ ਉਹ ਕਿਸੇ ਮਿਲਣਾ ਨੀ ਉਹ ਫੋਰਨ ਕੰਟਰੀ ਚ ਕ੍ਰਿਕਟ ਦਾ ਮੈਚ ਚੱਲਦਾ ਹੋਵੇ ਨਾ ਤੇ ਇੱਕ ਪੰਜਾਬੀ ਸਿੱਖ ਬੰਦੇ ਤੇ ਫੋਕਸ ਕਰਦੇ ਆ ਕੈਮਰਾ ਇੰਡੀਆ ਦੀ ਆਡੀਅੰਸ ਵਿਖਾਉਣ ਲਈ ਤੇ ਤੂੰ ਕਹਿੰਦਾ ਪੰਜਾਬੀ ਨੇ ਕੁਛ ਦਿੱਤਾ ਹੀ ਨੀ ਉਹ ਸਮਝ ਹੋ ਜਾਓ ਸਮਝ ਇਹ ਤਾਂ ਗੱਲ ਹੈਗੀ ਚਾਚਾ ਵੈਸੇ ਚਾਚਾ ਚੱਲੀ ਗਏ ਕਹਿੰਦੇ ਅੱਜ ਇੰਡੀਆ ਤੇ ਪਾਕਿਸਤਾਨ ਦਾ ਮੈਚ ਲੱਗਣਾ ਏ ਅੱਛਾ ਉਹ ਇਹ ਸਮਝੂਗਾ ਤੇ ਫਿਰ ਜਾਵਾਂਗੇ ਇਹ ਛੇਤੀ ਸਮਝ ਜਾਂਦਾ ਕਦੀ ਟਾਲੀਆਂ ਅੱਡ ਕੇ ਹਰੇ ਠੰਡੀ ਹਵਾ ਜਿਹੜੇ ਲਾਉਣਾ ਕੀ ਕਹਿੰਦੇ ਨੂੰ ਏਸੀ ਅੱਛਾ ਚਾਚਾ ਗੱਲ ਸੁਣ ਉਹ ਅੱਧੀ ਪੰਜਾਬੀ ਦੀ ਚੱਖਣਾ ਤਾਂ ਟਿਕਟ ਹੋਊ ਜਿਹਨੇ ਪੱਟੀ ਪਈ ਦਰਵੇਖਾਂ ਕੀ ਹੋ ਗਿਆ ਹੋਣਾ ਇਹ ਹੈ ਕਿਹੜਾ ਪੰਜਾਬੀ ਨੂੰ ਮਾੜਾ ਨੀ ਕਹਿਣਾ ਇਹਨੇ ਸਹੀ ਗੱਲ ਇਹ ਤਾਂ ਨੰਬਰ ਲੈ ਸਮਝਾਈਆ ਨੂੰ ਨੰਬਰ ਇਹ ਨਾ ਮਿੰਟੋ ਮਿੰਟ ਲੱਭ ਜਾਣਾ ਨੈਟ ਤੋਂ ਚੱਲ ਆ ਡਾਇਲ ਕਰ ਅੱਛਾ ਅੱਛਾ ਲੱਗ ਗਿਆ ਫੋਨ ਕਰ ਕਰ ਹੈਲੋ ਯਾ ਬ੍ਰੋ ਫਤਿਹ ਸਿੰਘ ਬੋਲਦਾ ਰੈਪਰ ਹਾਂਜੀ ਹਾਂਜੀ ਕਿੱਥੋਂ ਉਹ ਪੁੱਤਰਾ ਅਸੀਂ ਤੇਰੇ ਬੜੇ ਤਗੜੇ ਫੈਨ ਆ ਵਾਹ ਨੰਬਰ ਮਿਲਿਆ ਤੇਰਾ ਨੈਟ ਤੋਂ ਉਹ ਥੈਂਕ ਯੂ ਕਿੱਥੋਂ ਬੋਲਦੇ ਜੀ ਅਸੀਂ ਥੋੜਾ ਮਹੂ ਵਾਲੀ ਸਾਈਡ ਤੋਂ ਆਪਾਂ ਤੇ ਤੇਰਾ ਗਾਣਾ ਸੁਣਿਆ ਸਾਨੂੰ ਬਹੁਤ ਵਧੀਆ ਲੱਗਿਆ ਤੇ ਮਿਲਣਾ ਸੀ ਤੈਨੂੰ ਥੈਂਕ ਯੂ ਸੋ ਮਚ ਸਾਰੇ ਬੜੇ ਕਾਲੇ ਆ ਸਾਡਾ ਖਾਸ ਕਰਕੇ ਅਮਲੀ ਬੜਾ ਕਾਲਾ ਤੈਨੂੰ ਮਿਲ ਲਈ ਉਹ ਵੈਸੇ ਤਾਂ ਮੈਂ ਫੋਰਨ ਤੋਂ ਹੁਣੇ ਮੁੜਿਆ ਵਾਂ ਐਂਡ ਮੈਂ ਫਾਰਮ ਹਾਊਸ ਆਇਆ ਵਾਂ ਤੇ ਤੁਸੀਂ ਜੇ ਮੈਨੂੰ ਮਿਲਣਾ ਚਾਹੁੰਦੇ ਮੈਂ ਤੁਹਾਨੂੰ ਐਡਰੈਸ ਵਟਸਐਪ ਕਰ ਦਿੰਦਾ ਵਾਂ ਤੁਸੀਂ ਮਿਲ ਸਕਦੇ ਹੋ ਚੱਲ ਤੂੰ ਮੈਨੂੰ ਵਟਸਐਪ ਕਰ ਦੇ ਚੱਲ ਮੈਨੂੰ ਚਲਾਉਣਾ ਤੇ ਆਉਂਦਾ ਨਹੀਂ ਆ ਤੇ ਮੁੰਡਾ ਹੈਗਾ ਸਾਡੇ ਨਾਲ ਪਾੜਾ ਨਾਲ ਯਾ ਬ੍ਰੋ ਆਈ ਵਿਲ ਸੈਂਡ ਯੂ ਆਵਰ ਐਡਰੈਸ ਚੱਲ ਤੂੰ ਵਟਸਐਪ ਕਰ ਦੇ ਤੇ ਮਿਲਦੇ ਆਪਾਂ ਸਵੇਰੇ ਓਕੇ ਵੈਲਕਮ ਕੀ ਕਹਿੰਦਾ ਚਾਚਾ ਤੇ ਮੈਨੂੰ ਫਿਰ ਉਹਨੇ ਵਟਸਐਪ ਕਰੂਗਾ ਆਪਾਂ ਨੂੰ ਅੱਛਾ ਡਰੈਸ ਵਗੈਰਾ ਕਹਿੰਦਾ ਫਾਰਮ ਹਾਊਸ ਤੋਂ ਆਇਆ ਪਿੰਡ ਪੁੰਡ ਚ ਹੋਣਾ ਕਿਤੇ ਚਲੋ ਸਮਝਾਈਏ ਇਹਨੂੰ ਜਾ ਕੇ ਚਲੋ ਠੀਕ ਹੈ ਚੱਲ ਅਕਲ ਦੇਣ ਆਏ ਤੈਨੂੰ ਅਕਲ ਬ੍ਰੋ ਮੈਂ ਕੁਛ ਸਮਝਿਆ ਨੀ ਯਾਰ ਤੇਰਾ ਇੱਕ ਗਾਣਾ ਚੱਲਦਾ ਪਿਆ ਅੱਜ ਕੱਲ ਬਹੁਤ ਜ਼ਿਆਦਾ ਓ ਹਾਂ ਛੁੱਟੀ ਦੀ ਪੰਜਾਬੀ ਨੂੰ ਟੁੱਟੀ ਕਹਿਣ ਦਿਆ ਨਾ ਇਹ ਆਪਾਂ ਨੂੰ ਬੜੇ ਯੁੱਧਾਂ ਨਾਲ ਮਿਲੀ ਕਾਕਾ ਬੜੀਆਂ ਕੁਰਬਾਨੀਆਂ ਦਿੱਤੀਆਂ ਪੰਜਾਬੀ ਸੂਬੇ ਲਈ ਤੇ ਪੰਜਾਬੀ ਭਾਸ਼ਾ ਲਈ ਤੇ ਤੂੰ ਕਹਿੰਦਾ ਫੇਮਸ ਹੋਣ ਲਈ ਫੇਮ ਲੈਣ ਲਈ ਟੁੱਟੀ ਜੀ ਪੰਜਾਬੀ ਇਹਦਾ ਕੀ ਮਤਲਬ ਲਾ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਾਕਾ ਜੀ ਸਹਿਮਤ ਨਹੀਂ ਨਾ ਕਾਕਾ ਸਮਝਣਾ ਵੀ ਪਊਗਾ ਨੈਟ ਤੇ ਤਾਂ ਥੂ ਥੂ ਹੋਈ ਪਈ ਪੰਜਾਬੀ ਦੀ ਅੱਜ ਆ ਟਿਕਟੋਕ ਵਾਲਿਆ ਜਿਹਨੂੰ ਆਪਾਂ ਨੂੰ ਸ਼ਰਮ ਚਾਹੀਦੀ ਆਪਾਂ ਹੀ ਤੈਨੂੰ ਕਰੀ ਜਾਂਦੇ ਆ ਜਿਹਨੂੰ ਵੇਖੋ ਕੋਈ ਮਾਤਾ ਦੀ ਵੀਡੀਓ ਬਣਾਈ ਜਾਂਦਾ ਕੋਈ ਬੁੱਢੇ ਦੀ ਵੀਡੀਓ ਬਣਾਈ ਜਾਂਦਾ ਟੁੱਟੀ ਜੀ ਪੰਜਾਬੀ ਚ ਮੈਨੂੰ ਕਹਿੰਦੀ ਫਤਿਹ ਉਹ ਤੇਰਾ ਨਾਮ ਫਤਿਹ ਸਿੰਘ ਆ ਪਤਾ ਤੇਰਾ ਨਾਮ ਫਤਿਹ ਸਿੰਘ ਸਾਹਿਬਜ਼ਾਦੇ ਦੀ ਯਾਦ ਆ ਜਾਂਦੀ ਤੇਰੇ ਨਾਮ ਤੋਂ ਤੇ ਤੂੰ ਕਿਹੜੀਆਂ ਗੱਲਾਂ ਕਰਦਾ ਉਹਨੇ ਸਾਡੇ ਲਈ ਕੁਰਬਾਨੀਆਂ ਦੇ ਦਿੱਤੀਆਂ ਤੇ ਤੂੰ ਵੀ ਕਰਦਾ ਫਤਿਹ ਸਿੰਘ ਤੈਨੂੰ ਨਾਂ ਦੀ ਸ਼ਰਮ ਚਾਹੀਦੀ ਆ
ਆਇਆ ਕੋਈ ਸਮਝ? ਹਾਂਜੀ ਚਾਚਾ ਜੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਤੇ ਜੇ ਤੁਸੀਂ ਵੀ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਓ ਜਿਹੜੇ ਪੰਜਾਬੀ ਨੂੰ ਰਿਸਪੈਕਟ ਨਹੀਂ ਦਿੰਦੇ ਤੇ ਪੰਜਾਬੀ ਨੂੰ ਟੁੱਟੀ ਫੁੱਟੀ ਕਹਿ ਕੇ ਉਹਦਾ ਮਾਣ ਘਟਾਉਂਦੇ ਨੇ। ਜੇ ਵੀਡੀਓ ਵਧੀਆ ਲੱਗੀ ਕਮੈਂਟ ਕਰ ਦਿਓ ਤੇ ਲਾਈਕ ਤੇ ਸ਼ੇਅਰ ਕਰ ਦਿਓ ਤੇ ਇਹ ਵੀਡੀਓ ਉਹਨਾਂ ਤੱਕ ਪਹੁੰਚਾਓ ਜਿਹੜੇ ਪੰਜਾਬੀ ਨੂੰ ਰਿਸਪੈਕਟ ਨਹੀਂ ਦਿੰਦੇ। ਇਹ ਤੁਸੀਂ ਆਪ ਸ਼ੇਅਰ ਕਰਨੀ ਆ ਵੀ ਜੇ ਪੰਜਾਬੀ ਦਾ ਤੁਸੀਂ ਵੀ ਮਾਣ ਵਧਾਉਣਾ ਚਾਹੁੰਦੇ ਜੇ ਵੀ ਹਾਂ ਵੀ ਉਹਨਾਂ ਲੋਕਾਂ ਤੱਕ ਪਹੁੰਚਾਓ ਵੀ ਜਿਹੜੇ ਨਾ ਪੰਜਾਬੀ ਨੂੰ ਰਿਸਪੈਕਟ ਨਹੀਂ ਦੇ ਕੇ ਖੁਸ਼ ਜਾਂ ਪੰਜਾਬੀ ਨੂੰ ਟੁੱਟੀ ਫੁੱਟੀ ਕਹਿੰਦੇ ਆ ਤੇ ਆਸ ਕਰਦੇ ਆ ਵੀ ਤੁਹਾਨੂੰ ਵੀਡੀਓ ਵਧੀਆ ਲੱਗੂਗੀ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ। ਚਾਚਾ ਜੀ ਸੈਲਫੀ।